गरम ख्याली हरदीप सिंह निज्जर दा गोलियां मार के कीता गया कतल। दो अण पछाते नौजवानों दे वल्लों दित्ता गया इस वारदात नूं अंजाम। अतवादियां दी सूची दे विच सी इस दा नाम शामिल। ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਗਰਮ ਖਿਆਲੀ ਹਰਦੀਪ ਸਿੰਘ ਨਿੱਚਰ ਦਾ ਕੈਨੇਡਾ ਦੇ ਸਰੀ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋ ਨੌਜਵਾਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਹਰਦੀਪ ਸਿੰਘ ਨਿੱਚਰ ਜੋ ਕਿ ਸਿੱਖ ਫਾਰ ਜਸਟਿਸ ਦੇ ਨਾਲ ਜੁੜਿਆ ਹੋਇਆ ਸੀ, ਸੰਬੰਧ ਰੱਖਦਾ ਸੀਗਾ, ਤਾਂ ਉਸਦਾ ਕੈਨੇਡਾ ਦੇ ਸਰੀ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਇਸ ਦੇ ਉੱਤੇ ਪਹਿਲਾਂ NIA ਨੇ 9 ਲੱਖ ਦਾ ਇਨਾਮ ਵੀ ਰੱਖਿਆ ਸੀਗਾ ਕਿ ਜੋ ਕੋਈ ਵੀ ਇਸ ਦੇ ਬਾਰੇ ਜਾਣਕਾਰੀ ਦੇਵੇਗਾ ਤਾਂ ਉਸਨੂੰ 9 ਲੱਖ ਦਾ ਇਨਾਮ ਦਿੱਤਾ ਜਾਵੇਗਾ। ਹਾਲਾਂਕਿ ਕਈ ਮਾਮਲਿਆਂ ਦੇ ਵਿੱਚ ਉਸਦਾ ਨਾਮ ਵੀ ਦਰਜ ਸੀਗਾ ਅਤੇ ਕਈ ਮਾਮਲਿਆਂ ਦੇ ਵਿੱਚ ਇਹ ਲੋੜੀਂਦਾ ਵੀ ਸੀਗਾ। ਤਾਂ ਇਸ ਦੇ ਉੱਤੇ ਇਹ ਅੱਤਵਾਦੀਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਸੀਗਾ। ਜਦੋਂ ਜਸਟਿਨ ਟਰੂਡੋ ਇੱਥੇ ਪੰਜਾਬ ਦੇ ਦੌਰੇ ਦੇ ਉੱਤੇ ਆਉਂਦੇ ਨੇ, ਭਾਰਤ ਦੇ ਦੌਰੇ ਦੇ ਉੱਤੇ ਆਉਂਦੇ ਨੇ, ਤਾਂ ਉਸ ਦੌਰਾਨ ਉਹਨਾਂ ਨੂੰ ਅੱਤਵਾਦੀਆਂ ਦੀ ਸੂਚੀ ਥਮਾਈ ਗਈ ਸੀਗੀ। ਤਾਂ ਉਹਨਾਂ ਸੂਚੀ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਵੀ ਨਾਮ ਜਿਹੜਾ ਸ਼ਾਮਿਲ ਸੀਗਾ ਅਤੇ ਉਸ ਤੋਂ ਬਾਅਦ NIA ਨੇ ਇਸ ਦੇ ਉੱਤੇ 9 ਲੱਖ ਰੁਪਏ ਦਾ ਇਨਾਮ ਰੱਖਿਆ ਸੀਗਾ। ਪਰ ਅੱਜ ਕੈਨੇਡਾ ਦੇ ਸਰੀ ਦੇ ਵਿੱਚ ਘਟਨਾ ਵਾਪਰਦੀ ਹੈ ਕਿ ਗਰਮ ਖਿਆਲੀ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਦੋ ਨੌਜਵਾਨਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਦਰਅਸਲ ਕੀ ਹੈ ਕਿ 2010 ਅਤੇ 2016 ਦੇ ਵਿੱਚ ਹਿੰਸਾ ਦਾ ਜੋ ਵਾਪਰੀ ਸੀਗੀ ਉਸਦੇ ਵਿੱਚ ਇਸਦਾ ਨਾਮ ਸੀਗਾ। 2018 ਦੇ ਵਿੱਚ ਇੱਕ ਪੁਜਾਰੀ ਦੇ ਕਤਲ ਦੇ ਕਰਨ ਦੇ ਮਾਮਲੇ ਦੇ ਵਿੱਚ ਵੀ ਇਸਦਾ ਨਾਮ ਸੀਗਾ। ਉਧਰ ਹੀ 2020 ਦੇ ਵਿੱਚ ਇਸਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਸੀਗਾ ਗ੍ਰਹਿ ਮੰਤਰਾਲੇ ਦੇ ਵੱਲੋਂ। ਤਾਂ ਪੰਜਾਬ 'ਚ ਕਈ ਵਾਰ ਕਈ ਥਾਵਾਂ 'ਤੇ ਇਸਨੇ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਨਾਲ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਸਰੀ ਦੇ ਗੁਰੂ ਘਰ ਦੀ ਪਾਰਕਿੰਗ ਦੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਅੱਜ ਇਸਦਾ ਕਤਲ ਕਰ ਦਿੱਤਾ। ਤਾਂ 2020 ਦੇ ਵਿੱਚ ਇਸਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਸੀਗਾ ਅਤੇ ਨਾਲ ਦੇ ਨਾਲ ਹੀ NIA ਨੇ ਇਸ ਦੇ ਉੱਤੇ ਇਨਾਮ ਰੱਖਿਆ ਹੋਇਆ ਸੀਗਾ 9 ਲੱਖ ਰੁਪਏ ਦਾ। ਹਾਲਾਂਕਿ ਕਈ ਹਿੰਸਾਵਾਂ ਜਿਹੜੀਆਂ ਵਾਪਰੀਆਂ ਨੇ ਉਹਨਾਂ ਦੇ ਵਿੱਚ ਇਸਦਾ ਨਾਮ ਦਰਜ ਸੀਗਾ ਅਤੇ NIA ਨੇ 9 ਲੱਖ ਦਾ ਇਨਾਮ ਇਸ ਦੇ ਉੱਤੇ ਰੱਖਿਆ ਹੋਇਆ ਸੀਗਾ। ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਜਲੰਧਰ ਦਾ ਰਹਿਣ ਵਾਲਾ, ਜਲੰਧਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਜੋ ਕਿ ਕੈਨੇਡਾ ਦੇ ਵਿੱਚ ਜਾ ਕੇ ਚਲਿਆ ਜਾਂਦਾ ਅਤੇ ਉਸ ਤੋਂ ਬਾਅਦ ਆਪਣੇ ਜਿਹੜਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਭਾਵੇਂ ਪੰਜਾਬ ਦੇ ਵਿੱਚ ਵੀ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਕਿ ਗਰਮ ਖਿਆਲੀ ਹਰਦੀਪ ਸਿੰਘ ਨਿੱਚਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸਰੀ ਦੇ ਗੁਰੂ ਘਰ ਦੀ ਪਾਰਕਿੰਗ ਦੇ ਵਿੱਚ। ਪੂਰੀ ਘਟਨਾ ਵਾਪਰਦੀ ਹੈ, ਹਾਲਾਂਕਿ ਇਹ ਕਈ ਮਾਮਲਿਆਂ ਦੇ ਵਿੱਚ ਲੋੜੀਂਦਾ ਸੀਗਾ, ਪਰ ਇਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੋ ਕਿ ਗਰਮ ਖਿਆਲੀ ਸੀਗਾ, ਸਿੱਖ ਫੌਰ ਜਸਟਿਸ ਦੇ ਨਾਲ ਸੰਬੰਧਿਤ ਸੀਗਾ ਅਤੇ ਇਹ ਅੱਤਵਾਦੀਆਂ ਦੀ ਸੂਚੀ ਦੇ ਵਿੱਚ ਵੀ ਸ਼ਾਮਿਲ ਸੀ। A to Z ਸਮੱਸਿਆਵਾਂ ਦਾ ਸਮਾਧਾਨ, ਵਰਲਡ ਫੇਮਸ ਅਤੇ ਤੰਤਰ ਮੰਤਰ ਦੇ ਮਾਹਿਰ ਬਾਬਾ ਕਬੀਰ ਜੀ। ਕਾਲ ਜਾਂ ਵਟਸਐਪ 9667368628। ਕਿਸੇ ਵੀ ਤਰ੍ਹਾਂ ਦਾ ਹੋਵੇ ਕੰਮ, 11 ਘੰਟਿਆਂ 'ਚ ਫਟਾਫਟ 101% ਸਮਾਧਾਨ। ਕਾਲੇ ਇਲਮ ਦੀ ਘਾਟ ਸਾਡੇ ਕੋਲ, ਪਤੀ ਪਤਨੀ ਅਤੇ ਪ੍ਰੇਮੀ ਪ੍ਰੇਮਿਕਾ ਵਸ 'ਚ ਕਰਵਾਓ। ਕੀਤਾ ਕਰਾਇਆ ਜਾਦੂ ਟੂਣਾ, ਮਨਚਾਹਿਆ ਪਿਆਰ ਵਸ਼ੀਕਰਨ, ਮੁੱਠਕਰਨੀ ਕਰਵਾਓ ਜਾਂ ਤੁੜਵਾਓ। ਨੌਕਰੀ ਕਾਰੋਬਾਰ 'ਚ ਰੁਕਾਵਟਾਂ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਘਰ 'ਚ ਖੂਨ ਦੇ ਛਿੱਟੇ ਆਉਣੇ, ਬੱਚਿਆਂ ਦਾ ਪੜ੍ਹਾਈ 'ਚ ਮਨ ਨਾ ਲੱਗਣਾ। ਨੋਟ, ਪ੍ਰੇਮੀ ਪ੍ਰੇਮਿਕਾ ਦਾ 100% ਵਸ਼ੀਕਰਨ ਕਰਾਓ। ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ ਸਿਰਫ 11 ਘੰਟਿਆਂ 'ਚ। ਕਾਲ ਜਾਂ ਫਿਰ ਵਟਸਐਪ 9667368628।